ਗੱਲੋਂ ਨਜ਼ਰਾਂ ਤੂੰ ਫੇਰੀਆਂ ਉਹ ਬੈਠਾ ਸੀ ਵੈਣਾ ਵੇ ਕਿਹੜੀ ਗੱਲੋਂ ਨਜ਼ਰਾਂ ਤੂੰ ਫੇਰੀਆਂ ਛੋਟੇ ਹੁੰਦੇ ਬੜੀਆਂ ਸੀ ਕੁੜੀਆਂ ਅਸੀਂ ਘੇਰੀਆਂ ਹੁਣ ਤੇ ਪਤੇ ਤੇ ਬਹੁਤ ਅੱਛੇ ਬਹੁਤ ਅੱਛੇ ਤੇ ਕਿੰਨੇ ਦਾ ਭਾਜੀ ਇਹ ਭਾਜੀ 140 ਦਾ ਇਹ ਜਿਹੜਾ ਹਾਂਜੀ ਇਹ ਕਿੰਨਾ ਵਜ਼ਨ ਇਹਦਾ ਇਹਦਾ ਵਜ਼ਨ ਹੈਗਾ 4 ਮਣ ਪੱਕਾ 4 ਮਣ ਪੱਕਾ ਖਲ ਖੁੱਲ ਸਾਰਾ ਕੁਛ ਕੱਢ ਕੇ ਉਹ ਤੁਸੀਂ ਕੱਢ ਲਓਗੇ ਉਹ ਕੱਢਣ ਵਾਲੇ ਕੱਢਣਗੇ ਕਸਾਈ ਕਸਾਈ ਅਸਲਾਮ ਵਾਲੇਕਮ ਵਾਲੇਕਮ ਅਸਲਾਮ ਭਾਜੀ ਕੀ ਹਾਲ ਠੀਕ ਹੋ ਭਾਈ ਅੱਲਾ ਦਾ ਕਰਾਂ ਮੈਂ ਭਾਈ ਇਹ ਊਂਠ ਆਪਣੇ ਤੁਹਾਡੇ ਸਾਰੇ ਆਪਣੇ ਹੈਗਾ ਤੇ ਊਂਠ ਦੀ ਕਿੰਨੀ ਕੀਮਤ ਹੈ ਊਂਠ ਦੀ ਕੀਮਤ ਜੀ ਅਲੱਗ ਅਲੱਗ ਜੈਸਾ ਊਂਠ ਉਸੀ ਕੀਮਤ ਹੈ ਅਲੱਦਾ ਅਲੱਦਾ ਕੀ ਮਤਲਬ ਕਿਸੇ 'ਚ ਸਿਮ ਲੱਗੀ ਕਿਸੇ 'ਚ ਵਾਈਫਾਈ ਵੀ ਲੱਗਾ ਹਾਂਜੀ ਵੱਡੇ ਉੱਠਦੇ ਵੱਡੀ ਕੀਮਤ ਛੋਟੇ ਉੱਠ ਛੋਟੀ ਕੀਮਤ ਹੈ ਤੇ ਇੱਕ ਊਂਠ 'ਚੋਂ ਤਕਰੀਬਨ ਕਿੰਨਾ ਕੁ ਆਪਣਾ ਗੋਸ਼ਤ ਨਿਕਲ ਆਉਂਦਾ ਹੈ ਇੱਕ ਊਂਠ ਗੋਸ਼ਤ ਨਿਕਲਿਆ ਤਕਰੀਬਨ 10-12 ਮਣ 10-12 ਮਣ ਮਾਸ਼ਾਅੱਲਾ ਤੇ ਤੁਸੀਂ ਕਿੱਥੋਂ ਲੈ ਕੇ ਆਏ ਊਂਠ ਪਾਪਨ ਸ਼ਰੀਫ ਤੋਂ ਪਾਕ ਪਤਨ ਬਾਬੇ ਫਰੀਦ ਦੇ ਸ਼ਹਿਰ 'ਚੋਂ ਬਲੋਚ 'ਚੋਂ ਨਹੀਂ ਜੀ ਵੈਸੇ ਜ਼ਿਆਦਾ ਊਂਠ ਤਾਂ ਬਲੋਚਾਂ ਕੋਲ ਹੀ ਹੁੰਦੇ ਨੇ ਅਤੇ ਕਿਹੜਾ ਊਂਠ ਆਪਣਾ ਹੈਗਾ ਇਹ ਜਿਹੜੇ ਸਾਰੇ ਹੀ ਅੱਛਾ ਜੀ ਇਹ ਊਂਠ ਸੁਣਿਆ ਡਾਂਸ ਵੀ ਬੜਾ ਅੱਛਾ ਕਰਦੇ ਉਹ ਕੋਈ ਇੱਕ ਅੱਧਾ ਉਹ ਡਾਂਸਰ ਹੁੰਦਾ ਊਂਠ ਡਾਂਸਰ ਹੁੰਦਾ ਹਾਂਜੀ ਡਾਂਸਰ ਬਾਕੀ ਸਾਰੇ ਮਤਲਬ ਆਰਾਮ ਨਾਲ ਹੀ ਇਹ ਊਂਠ ਬੰਦਾ ਕਰਨ ਵਾਸਤੇ ਮਤਲਬ ਕਸਾਈ ਆਉਂਦਾ ਜਾਂ ਕੋਈ ਕਸਾਈ ਨਾਈਆਂ ਕੋਲ ਤਾਂ ਨਹੀਂ ਆਉਂਦੇ ਕਸਾਈ ਕਰਦੇ ਆ ਨਹੀਂ ਊਂਠ ਉੱਚਾ ਬੜਾ ਨਾ ਉਹ ਨਾਲ ਅਸੀਂ ਕਸਾਈ ਲਿਆਈਏ ਨਾਲ ਉਹ ਕਵੇ ਪੌੜੀ ਵੀ ਲੈ ਕੇ ਆਓ ਨਹੀਂ ਨਹੀਂ ਬਿਠਾ ਕੇ ਕੁਰਬਾਨੀ ਕਰਨੀ ਪੈਂਦੀ ਹੈ ਊਂਠ ਆਪ ਹੀ ਬਹਿ ਜਾਂਦਾ ਹਾਂਜੀ ਬਿਠਾਉਣਾ ਪੈਂਦਾ ਬੜੀ ਗੱਲ ਆ ਜਾਨਵਰ ਬਹਿ ਜਾਂਦਾ ਯਕੀਨ ਕਰੋ ਅੱਜ ਕੱਲ੍ਹ ਦੇ ਬੱਚੇ ਨਹੀਂ ਬਹਿ ਰਹੇ ਉਹਨਾਂ ਨੂੰ ਕਹੀਏ ਬਹਿ ਜਾਓ ਉਹ ਦੌੜ ਜਾਂਦੇ ਬੰਦੇ ਨੂੰ ਜਾਨਵਰ ਜ਼ਿਆਦਾ ਸਿਆਣੇ ਹੈਗੇ ਨੇ ਜਾਨਵਰ ਵਾਕਈ ਬਹੁਤ ਸਿਆਣੇ ਨੇ ਜਿਹੜੇ ਦੇਖੋ ਅੱਲਾ ਦੀ ਰਾਹ ਦੇ ਕੁਰਬਾਨ ਹੋ ਰਹੇ ਨੇ ਯਾਰ 140 ਜ਼ਿਆਦਾ ਹੈ ਕਿੰਨਾ ਕੁ ਜ਼ਿਆਦਾ ਬਸ ਜਿੰਨੇ ਤੁਹਾਨੂੰ ਲਾਉਣੇ ਆ ਨਾ ਤਾਂ ਤੁਸੀਂ ਐਵੇਂ ਫਿਕਰ 'ਚ ਪੈ ਜਾਣਾ ਅਗਲੇ ਨੇ ਕਹਿਣਾ 70 ਦਵਾਂ ਤੇ ਕੋਈ ਗੱਲ ਨਹੀਂ ਅਸੀਂ ਚੁੱਪ ਕਰਕੇ ਬਹਿ ਕੇ ਚਾਹ ਪੀਣੀ ਅਤੇ ਹਰ ਸਾਲ ਤੁਸੀਂ ਵੇਚਦੇ ਹੋ ਮਾਲ ਡੰਗਰ ਸਾਲ ਪੂਰਾ ਇਹਦੀ ਖਿਦਮਤ ਕਰਦੇ ਹੋ ਬਿਲਕੁਲ ਇੱਥੋਂ ਹੀ ਵਿਕਦੇ ਪਕਾਉਂਦੇ ਲੈ ਨਹੀਂ ਨਹੀਂ ਸਾਲ ਪੂਰਾ ਖਿਦਮਤ ਕੀਤੀ ਭਾਜੀ ਅੱਛਾ ਜੀ ਅਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਇਹ ਜੀ ਸਾਂਗਲਾ ਹਿੱਲ ਤੋਂ ਸਾਂਗਲਾ ਹਿੱਲ ਵੈਰੀ ਗੁੱਡ ਮਤਲਬ ਉੱਥੇ ਪਹਾੜੀ ਵੀ ਹੈਗੀ ਇੱਕ ਹਾਂਜੀ ਪਹਾੜੀ ਹੈਗੀ ਬੜੀ ਮਸ਼ਹੂਰ ਉੱਥੇ ਪਹਾੜੀ 'ਤੇ ਰਹਿੰਦੇ ਹੋ ਨਹੀਂ ਜੀ ਪਹਾੜੀ ਦੇ ਥੱਲੇ ਰਹਿੰਦੇ ਯਾਰ ਵਜ਼ਨ ਤੂੰ ਜ਼ਿਆਦਾ ਦੱਸ ਰਿਹਾ ਮਤਲਬ ਕਿ ਵਜ਼ਨ ਤੁਹਾਨੂੰ ਲੱਗਦਾ ਭਾਜੀ ਇਹ ਕੰਡਾ ਹੈਗਾ ਤਾਂ ਤੋਲ ਲੈਂਦੇ ਹਾਂ ਕਿੰਨਾ ਕਾ ਵੱਟੇ ਹੈ ਨਹੀਂ ਕੰਡਾ ਤਾਂ ਹੈ ਵੱਟੇ ਥੋੜ੍ਹੇ ਪੈ ਚੁੱਕ ਲਾ ਕੋਈ ਵੀ ਵੱਟਾ ਚੁੱਕ ਲਾ ਯਾਰ ਚੰਗਾ ਭਲਾ ਬੰਦਾ ਤੁਸੀਂ ਵੱਟਾ ਬਣਾ ਦਿੱਤਾ ਅੱਛਾ ਇਹ ਬਾਰਿਸ਼ ਦੇ ਨਾਲ ਕੋਈ ਮੰਡੀ ਦੇ ਵਿੱਚ ਮੰਦੀ ਆਈ ਹੈ ਨਹੀਂ ਨਹੀਂ ਹੁੰਦੇ ਰੂਈ 'ਤੇ ਮੰਡੀ ਇਹ 2 ਦੇਣੀ ਆ ਤੁਹਾਡੇ ਕੋਲ ਕੋਈ ਗੱਲ ਨਹੀਂ ਅੱਲਾ ਕਿਤਾ ਵਿਕ ਜਾਣੇ ਵਿਕ ਗਏ ਮਾਸ਼ਾਅੱਲਾ 40 ਜਾਨਵਰ ਸੀ ਅਤੇ ਨਾ ਵੀ ਕਿਤੇ ਫਿਰ ਘਰ ਲੈ ਜਾਓਗੇ ਫਿਰ ਘਰ ਲੈ ਜਾਂਗੇ ਅਗਲੇ ਸਾਲ ਫਿਰ ਸਹੀ ਮੈਂ ਕਹਿੰਦਾ ਅੱਲਾ ਦੀ ਰਾਹ ਦੇਣੇ ਘੱਟ ਵੱਧ ਕਰਕੇ ਜਿਹਦੇ 'ਚ ਤੁਹਾਨੂੰ 150 ਬੱਚੇ ਤਾਂ ਦੇ ਦਿਓ ਦੇ ਦਿਆਂਗੇ ਜਨਾਬ ਕਿਉਂ ਨਹੀਂ ਇਹਦਾ ਤੁਸੀਂ ਮੰਗਿਆ ਇੱਕ 40 ਇੱਕ 40 ਜਾਂ ਜ਼ਿਆਦਾ ਹੈ ਵੈਸੇ ਨਾ ਤੁਸੀਂ ਘੱਟ ਕਰ ਲਓ ਕਿੰਨਾ ਘੱਟ ਕਰ ਦਈਏ ਐਵੇਂ 60-70 ਹੋਏਗਾ ਇਹਦਾ ਬਸ ਤੋਂ ਵੱਧ ਤੁਸੀਂ 2 ਬੱਕਰੇ ਲੈ ਲਓ 50-50 ਵਾਲੇ 2 ਬੱਕਰੇ ਮੇਰੇ ਘਰ ਜਗ੍ਹਾ ਨਹੀਂ ਨਹੀਂ ਹੈਗੀ ਮੈਂ ਨਹੀਂ ਤਾਂ ਲੈ ਤਾਂ ਲਵਾਂ ਜਾਂ ਸਬੂਤਾ ਬੱਕਰਾ ਫਰਿੱਜ ਰੱਖ ਦੀ ਫਰਿੱਜ ਤੋੜ ਪੈਣੀ ਅਤੇ ਇਹਦੀ ਖੱਲ ਕਿੰਨੇ ਕੁ ਦੀ ਵਿਕਦੀ ਹੈ ਇਹਦੀ ਖੱਲ ਹੁਣ ਵਿਕਦੀ 500 ਦੀ ਤਬਦੀਲੀ ਆ ਗਈ ਨਾ ਤਾਂ ਕਰਕੇ ਅਤੇ ਮੈਂ ਤੈਨੂੰ 600 ਦੇਣਾ ਇਹਦੀ ਖੱਲ ਲਾ ਦੇ ਅਗਲੇ ਸਾਲ ਲਾ ਲੈਣ ਨਹੀਂ ਇਮਰਾਨ ਖਾਨ ਦੀ ਹਕੂਮਤ ਮਾਸ਼ਾਅੱਲਾ ਬੜਾ ਇਮਾਨਦਾਰ ਉਹ ਵਜ਼ੀਰ ਹੈ ਬਿਲਕੁਲ ਉਹ ਵਜ਼ੀਰ ਨਹੀਂ ਹੈ ਵਜ਼ੀਰ ਆਲਮ ਕੀ ਉਹਨੂੰ ਵਜ਼ੀਰ ਕਰਦਾ ਵਜ਼ੀਰ ਆਜ਼ਮ ਹੀ ਵਜ਼ੀਰ ਆਲਾ ਵਜ਼ੀਰ ਆਜ਼ਮ ਮਤਲਬ ਨਹੀਂ ਵਜ਼ੀਰ ਆਲਾ ਹੋਰ ਹੁੰਦਾ ਵਜ਼ੀਰ ਆਲਾ ਤੇ ਬੁਜ਼ਦਾਰ ਸਾਹਿਬ ਨੇ ਨਾ ਪੰਜਾਬ ਦੇ ਦੇਖੋ ਤੇ ਖਾਨ ਸਾਹਿਬ ਤੋਂ ਮੁਤਮਿਨ ਹੋ ਤੁਸੀਂ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਿਉਂ ਟੈਕਸ ਲਾ ਰਹੇ ਯਾਰ ਮੱਛੇ ਹੀ ਵੇਚਣ ਦਿਆਂ ਔਰ ਮੈਂ ਕੋਈ ਮੱਛੀ ਵੇਚਣ ਦਿਆਂ ਨਹੀਂ ਨਹੀਂ ਯਾਰ ਇੱਦਾਂ ਹੀ ਜਾਨਵਰ ਵਿਕਦੇ ਆ ਭਰਾਵਾ ਰੌਣਕ ਮੇਲੇ ਨਾ ਵੈਸੇ ਇਹਦੇ ਵਿੱਚ ਤੁਸੀਂ ਨਾ ਮਾਨਣਾ ਮੰਡੀ ਬੜੀ ਸਜੀ ਹੈ ਲੇਕਿਨ ਪਾਣੀ ਦੀ ਵਜ੍ਹਾ ਤੋਂ ਥੋੜ੍ਹੀ ਜਿਹੀ ਪ੍ਰੋਬਲਮ ਹੋਈ ਹੈ ਹਾਂਜੀ ਹਾਂਜੀ ਹੋਈ ਪ੍ਰੋਬਲਮ ਥੋੜ੍ਹੀ ਚਲੋ ਮਿਹਰਬਾਨੀ ਸਰ ਅੱਲਾ ਕਰੇ ਤੁਹਾਡੀ ਇਹਨੇ ਦੀ ਵਿਕ ਜਾਵੇ ਖੁਸ਼ ਰਹਿਣਾ ਖੁਸ਼ ਰਹੇ ਜੀ ਥੈਂਕ ਯੂ ਥੈਂਕ ਯੂ ਵੇਲਾ ਸਭ ਖੁਸ਼ ਰਹੇ ਕੋਈ ਗੱਲ ਅਸਲਾਮ ਵਾਲੇਕਮ
ਬੱਕਰੇ ਤੇ ਬੜੇ ਸੋਹਣੇ ਪਾਲੇ ਆ ਅੱਜ ਕੀ ਕਰੀਏ ਅੱਲਾ ਦੇ ਨਾਂ ਦੀ ਕੁਰਬਾਨੀ ਤੇ ਪਾਲਣੇ ਪੈਂਦੇ ਨੇ ਚੰਗੇ ਖੂਬਸੂਰਤ ਕਰਕੇ ਤੁਸੀਂ ਤੇ ਆਪਣੀ ਹਿੰਮਤ ਨਾਲ ਪਾਲੇ ਨਾ ਤੁਸੀਂ ਅੱਲਾ ਦੇ ਨਾਂ ਤੇ ਨਹੀਂ ਪਾਲੇ ਹਿੰਮਤ ਵੀ ਅੱਲਾ ਦੇਣ ਵਾਲਾ ਉਹਨਾਂ ਦੇ ਨਾਂ ਦੀ ਸੋਹਣੀ ਚੀਜ਼ ਹੈ ਤੇ ਉਹਨਾਂ ਦੇ ਨਾਂ ਹੀ ਦੇਣੀ ਹੁੰਦੀ ਬਿਲਕੁਲ ਅੱਲਾ ਦੇ ਨਾਂ ਤੇ ਸੋਹਣੀ ਚੀਜ਼ ਦੇਣੀ ਚਾਹੀਦੀ ਕਿਉਂਕਿ ਉਹ ਸੋਹਣਾ ਹੈ ਉਹ ਸਾਰਿਆਂ ਨੂੰ ਸੋਹਣੀ ਚੀਜ਼ ਦਿੰਦਾ ਹੈ ਤੇ ਕੀ ਮਤਲਬ ਇਹਨਾਂ ਦੀ ਕੀਮਤ ਕੀ ਹੈ ਜੋੜੀ ਦੀ 250 ਨੇ 2.5 ਲੱਖ ਰੁਪਇਆ ਮਤਲਬ 1.25 ਲੱਖ ਦਾ ਇੱਕ ਜੀ ਦੋਵਾਂ ਦਾ ਸਜ਼ਾ ਰੱਬ ਮੇਰਾ 1-5-5 ਨੇ ਜਨਾਬ ਸਾਨੂੰ ਤਾਂ ਕੋਈ 150 ਦੇ ਦੇਵੇ ਅਸੀਂ ਕਹਿੰਦੇ ਬਸ 1.25 ਲੱਖ ਹੀ ਹੈ ਸਾਨੂੰ 250 ਦੇ ਤਾਂ 2.5 ਲੱਖ ਹੀ ਹੋਣਾ ਚਾਹੀਦਾ ਅੱਲਾ ਖੈਰ ਕਰੇ ਇਹ ਆਪਣਾ ਇਹ ਕਿੱਥੋਂ ਦੇ ਬੱਕਰੇ ਨੇ ਜੀ ਰਾਜਨਪੁਰ ਦੇ ਨੇ ਰਾਜਨਪੁਰ ਦੇ ਲੰਮੇ ਕੰਨ ਨੇ ਇਹਨਾਂ ਦੇ ਹੈ ਨਾ ਜੀ ਖੂਬਸੂਰਤ ਹੁੰਦੇ ਨੇ ਰਾਜਨਪੁਰ ਦੇ ਇਹ ਡੇਰਾ ਗਾਜ਼ੀ ਖਾਨ ਤੋਂ ਮੁਹੰਮਦਪੁਰ ਰਾਜਨਪੁਰ ਉਸ ਇਲਾਕੇ ਦੇ ਨੇ ਹਾਂਜੀ ਮੈਂ ਦੇਖਿਆ ਰਾਜਨਪੁਰ ਤੇ ਇਹਨਾਂ ਨੂੰ ਤੁਸੀਂ ਕੀ ਖਵਾਉਂਦੇ ਪਿਆਉਂਦੇ ਹੋ ਇਹ ਜੀ ਛੋਲਿਆਂ ਦਾ ਦਾਣਾ ਪਾਈਦਾ ਹੈ ਦੁੱਧ ਪਿਆਈਦਾ ਇਹਨਾਂ ਨੂੰ ਅਤੇ ਬੜੀ ਸੇਵਾ ਕਰਨੀ ਪੈਂਦੀ ਮਿਹਨਤ ਕਰਨੀ ਪੈਂਦੀ ਇਹਨਾਂ ਨੂੰ ਆਪ ਵੀ ਇਹ ਚੀਜ਼ਾਂ ਖਾਂਦੇ ਹੋ ਕਿ ਨਹੀਂ ਜਾਨਵਰਾਂ ਦੇ ਇਨਸਾਨ ਤਾਂ ਨਹੀਂ ਖਾ ਸਕਦਾ ਜਾਨਵਰ ਹੀ ਖਾ ਸਕਦੇ ਨਹੀਂ ਦੁੱਧ ਤਾਂ ਇਨਸਾਨ ਵੀ ਪੀਂਦਾ ਬਦਾਮ ਵੀ ਬੱਚਿਆਂ ਨੂੰ ਇਹਨਾਂ ਨੂੰ ਪਿਆਉਂਦੇ ਹਾਂ ਬੱਚਿਆਂ ਦੀ ਤਰ੍ਹਾਂ ਪਾਲੀ ਦੇ ਨੇ ਇਹਨਾਂ ਨੂੰ ਬੱਚਿਆਂ ਵਾਲੀ ਮਤਲਬ ਇਹਨਾਂ ਦਿਨਾਂ 'ਚ ਬੱਚੇ ਘਰੋਂ ਕੱਢ ਦਿੰਦੇ ਹੋ ਬੱਚੇ ਦੇ ਘਰੋਂ ਸ਼ੌਂਕ ਨਾਲ ਪਾਲੀ ਦਿੰਦੇ ਇਹਨਾਂ ਚੀਜ਼ਾਂ ਨੂੰ ਇਹ ਬੱਚਿਆਂ ਕੋਲੋਂ ਜ਼ਿਆਦਾ ਪਿਆਰੇ ਚੀਜ਼ ਲੱਗਦੀ ਹੈ ਨਹੀਂ ਇਹ ਤਾਂ ਹੈ ਸਾਂਭ ਬਹੁਤ ਕੀਤੀ ਹੈ ਲੇਕਿਨ ਹੁਣ ਬਾਰਿਸ਼ ਹੋ ਗਈ ਹੈ ਅਤੇ ਬੱਕਰੇ ਹੋ ਗਏ ਭਾਰੇ ਅੱਛਾ ਜੀ ਬਾਰਿਸ਼ ਹੋਣ ਵਾਲੀ ਨੇ ਕੱਲ੍ਹ ਕੱਲ੍ਹ ਦਾ ਦਿਨ ਇਹਨਾਂ ਨੇ ਅੱਲਾ ਦੇ ਨਾਂ ਦੇ ਕੁਰਬਾਨ ਹੀ ਹੋ ਜਾਣਾ ਹੈਗਾ ਆਹੋ ਤਾਂ ਜਾਣਾ ਨਾ ਕੋਈ ਨਾ ਕੋਈ ਆਏਗਾ ਬੰਦਾ ਉਹਨੇ ਲੈ ਜਾਣੇ ਨੇ ਜੋੜੀ ਬਹੁਤ ਸੋਹਣੀ ਤੁਹਾਡੀ ਤੇ ਹੁਣ ਤੀਕਰ ਕਿੰਨੇ ਬੱਕਰੇ ਵੇਚ ਚੁੱਕੇ ਹੋ 5-10 ਮੈਂ ਲਾਉਂਦੇ ਸੀ ਘਰੋਂ 2 ਰਹਿ ਗਏ ਨੇ ਬਾਕੀ ਅੱਲਾ ਵਾਸਤੇ ਵੇਚ ਕੇ ਕਰ ਮਤਲਬ ਐਡੀ ਦੂਰੋਂ ਤੁਸੀਂ ਆਏ ਲਾਹੌਰ ਦੇ ਵਿੱਚ ਵੇਚਣ ਵਾਸਤੇ ਲੈ ਗਿਆ ਇਹਦੇ ਕਿਰਾਇਆ ਵੀ ਬੜਾ ਪੈ ਗਿਆ ਹੋਣਾ ਕੋਈ ਨਹੀਂ ਅੱਲਾ ਵਾਰਸ ਹੁੰਦਾ ਸ਼ੌਕ ਹੁੰਦਾ ਸਾਡਾ ਹਰ ਸਾਲ ਦਾ ਪਾਲਣਾ ਤੇ ਇਹ ਬੱਕਰੇ ਬੜੇ ਸੋਹਣੇ ਡਾਇਵੋ 'ਚ ਲਿਆ ਕੇ ਡਾਇਵੋ 'ਚ ਪਾ ਕੇ ਲਿਆਏ ਹੋ ਮਜਦੇ ਹੁੰਦੇ ਨੇ ਗੱਡੀਆਂ ਉਹਨਾਂ ਦੇ ਵਿੱਚ ਲੈ ਜਾਂਦੇ ਨੇ ਇਹਨਾਂ ਨੂੰ ਇੱਕ ਮਜਦੇ 'ਚ 6-7 ਤੇ ਆਏ ਜਾਂਦੇ 40 ਗਾਂਦੇ ਨੇ 40 ਬੱਕਰੇ ਸ਼ਾਹ ਜ਼ੋਰ ਜਿਹੜਾ ਉਹ ਵੱਡਾ ਮਜਦਾ ਉਹਦੇ 'ਚ ਲੈਂਦੇ ਨੇ ਜਿਹੜਾ 20 ਫੁੱਟ ਉਹਦੇ 'ਚ ਅੱਛਾ ਨਹੀਂ ਵਾਕਈ ਬੱਕਰੇ ਤੁਹਾਡੇ ਸੋਹਣੇ ਨੇ ਅੱਲਾ ਕਰੇ ਵਿਕ ਜਾਣ ਵੈਸੇ 2.5 ਲੱਖ ਜ਼ਿਆਦਾ ਹੈ ਚਾਲਾ ਵਾਲਾ ਸੀ ਜੋ ਕੋ ਮੁਕੱਦਰਾਂ ਦੇ ਨਸੀਬ ਦੇ ਹੋਣਗੇ ਦੇ ਦੇਵਾਂਗੇ ਇੱਕ ਦਾ ਤਕਰੀਬਨ ਕਿੰਨਾ ਵਜ਼ਨ ਹੋਏਗਾ ਜਿੰਨੇ ਕੁ ਮਿਲ ਜਾਣ ਵਜ਼ਨ ਆ ਗਿਆ ਨਾ 50 ਕਿਲੋ ਇੱਕ ਦਾ ਵਜ਼ਨ 50 ਕਿਲੋ ਇੱਕ ਦਾ ਇਨਸ਼ਾਅੱਲਾ ਅੱਛਾ ਜੀ ਤੇ ਜੇ ਕੋ ਕਵੇ ਅੱਧਾ ਬੱਕਰਾ ਦੇ ਦਿਓ ਸਾਨੂੰ ਅੱਧਾ ਬੱਕਰਾ ਤੇ ਲੈ ਕੇ ਉਹਨੂੰ ਫਿਰ ਉਹਵੇਂ ਪੂਰਾ ਹੀ ਬੱਕਰਾ ਦੇ ਦੇਵਾਂਗੇ ਕੁਛ ਘੱਟ ਕਰੋ ਮੈਂ ਹੀ ਲੈ ਲਵਾਂ ਸ਼ਾਇਦ ਤੁਸੀਂ ਲੈ ਜਾਓ ਜਨਾਬ ਜਿੰਨਾ ਦਾ ਮਾਲ ਹੋਵੇ ਤੁਸੀਂ ਇੰਜ ਕਰੋ ਰੁਪਈਆ ਤੁਹਾਨੂੰ ਦੇਵਾਂਗੇ ਇਹਨਾਂ ਦਾ ਦੋਵਾਂ ਦਾ 1.25 ਲੱਖ ਖਲ ਤੇ ਪਾਵੇ ਤੁਸੀਂ ਲੈ ਲੈਣਾ ਠੀਕ ਹੈ ਜਨਾਬ ਦੁਨੀਆਂ ਦੀ ਖਿਦਮਤ ਕਰ ਰਹੇ ਅੱਗੇ ਮਹਿੰਗਾਈਆਂ ਨੇ ਲੱਕ ਤੋੜ ਜੱਡੀ ਮੈਂ ਕਿਹਾ ਤੁਸੀਂ ਮੰਡੀ ਦਾ ਜਿਹੜਾ ਹਾਲਾਤ ਚੱਲਦਾ ਪਿਆ ਤੁਸੀਂ ਵਪਾਰੀ ਤੁਸੀਂ ਵਪਾਰੀ ਨਹੀਂ ਖਾਨ ਸਾਹਿਬ ਲੱਗਦੇ ਹੋ ਸਹੀ ਗੱਲ ਕਰਨੀ ਵਪਾਰੀਆਂ ਦੇ ਪਾਵੇ ਹੋ ਇੱਥੇ ਤੇ ਬੱਕਰੇ ਬੜੇ ਨੇ ਜਿਹੜੇ ਨਾਰੇ ਲਾਉਂਦੇ ਨੇ ਬਾਦਸ਼ਾਹ ਨਹੀਂ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅੱਛਾ ਮੁਲਤਾਨ ਸ਼ਰੀਫ ਦੇ ਰਹੇ ਮੁਲਤਾਨ ਲਾਲਾ ਸਰੈਕੀ ਹੋ ਨਹੀਂ ਬਾਈ ਜੀ ਪੰਜਾਬੀ ਮੀਰ ਆਲਮ ਨੇ ਮੀਰ ਆਲਮ ਦਾ ਕੀ ਕੰਮ ਬੱਕਰੇ ਵੇਚੇ ਉਹ ਤਬਲੇ ਵੇਚੇ ਵਾਜੇ ਵੇਚੇ ਤੂੰ ਬੱਕਰੇ ਵੇਚ ਰਿਹਾ ਯਾਰ ਬੜੀ ਗੱਲ ਹੈ ਤੇਰੇ ਤੇ ਬੱਕਰ ਕਰ ਲੈਂਦਾ ਕੋਈ ਬੰਦਾ ਬੱਚਿਆਂ ਦੇ ਰਿਜ਼ਕ ਕਮਾਉਣ ਲਈ ਢਿੱਡ ਪਤਾ ਨਹੀਂ ਕਿੱਦੇ ਕਿਧਰੇ ਲੈ ਕੇ ਜ਼ਾਹਰ ਹੈ ਰਿਜ਼ਕ ਕਮਾਉਣ ਵਾਸਤੇ ਬੰਦੇ ਨੂੰ ਬੜੀ ਬੜੀ ਇਹ ਤੇਰੇ ਤੇ ਖਾਨ ਸਾਹਿਬ ਬੜੇ ਸਰੀਲੇ ਬੱਕਰੇ ਹੋਣੇ ਨੇ ਇਹ ਗਾਉਂਦੇ ਗੁੰਦੇ ਵੀ ਮਾਲ ਨੇ ਦੋਂਦੇ ਬੱਕਰੇ ਨਹੀਂ ਦੋਂਦੇ ਤੇ ਹੈ ਰੋਂਦੇ ਥੋੜਾ ਗਾਣੇ ਗਾਉਂਦੇ ਨੇ ਗਜ਼ਲਾਂ ਗਾਉਂਦੇ ਨੇ ਕਿਹੜੀ ਗੁਲਾਮ ਅਲੀ ਮਹਿੰਦੀ ਹਸਨ ਕੀ ਕਥਾ ਆਹੋ ਤੁਹਾਨੂੰ ਯਕੀਨ ਨਹੀਂ ਕਰੀ ਤੁਸੀਂ ਇਦਾਂ ਹੀ ਵੇਚਦੇ ਹੋ ਨਾ ਬੱਕਰੇ ਬਸ 10 ਦਿਨ ਹੀ ਲਾਉਣ ਆਉਂਦੇ ਤੇ ਬੱਚਿਆਂ ਦਾ ਰਿਜ਼ਕ ਕਮਾਉਣ ਆਉਂਦੇ ਆ ਤੇ ਹੁਣ ਤੀਕਰ ਕਿੰਨੇ ਬੱਕਰੇ ਵੇਚ ਲੈ ਨੇ ਹੁਣ ਤੀਕਰ ਇਹ ਬਾਰਿਸ਼ਾਂ ਦਾ ਹਾਲਾਤ ਵੇਖ ਰਹੇ ਹੋ ਇੱਧਰ ਕੈਮਰਾ ਕਰੋ ਜ਼ਰਾ ਓਏ ਹੋਏ 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 ਕੈਮਰਾ ਕਰੋ ਉਹ ਤੇ ਅੱਲਾ ਵੱਲੋਂ ਯਾਰ ਕੈਮਰਾ ਕਰੋ ਵੇਖ ਆਵਾਮ ਨਜ਼ਰ ਆਣ ਦੀ ਤੇ ਅੰਦਰੋਂ ਲੇਕਿਨ ਬਾਰਿਸ਼ ਦਾ ਤੁਹਾਨੂੰ ਫਾਇਦਾ ਹੀ ਆ ਬੱਕਰੇ ਲੇਟ ਹੀ ਤੇ ਨਜ਼ਰ ਆਂਡੀ ਜੇ ਇੱਧਰ ਕੋਈ ਪੂਰੀ ਪੰਡੀ ਦੇ ਵਿੱਚ ਜਿੱਥੇ ਬੱਕਰੇ ਖਲੋਤੇ ਤੇ ਕੀ ਬੱਕਰੇ ਕਿਹੜਾ ਅੰਨੇ ਆ ਤੁਰੇ ਫਿਰਦੇ ਆ ਬੱਕਰੇ ਤੇ ਅੰਦੇ ਨਹੀਂ ਬੰਨੇ ਤੇ ਅੰਦੇ ਬਣ ਜਾਂਦੇ ਨੇ ਰਾਤ ਦੇ ਤੇ ਨਹੀਂ ਉਹਨਾਂ ਨੇ ਡਿਊਟੀ ਲਾਈ ਅੰਕਲ ਸਾਡੀ ਅੱਛਾ ਮੇਰੀ ਗੱਲ ਸੁਣੋ ਖਾਨ ਸਾਹਿਬ ਇਹ ਜਿੱਦਾਂ ਬਾਰਿਸ਼ ਆਈ ਹੈ ਤੁਹਾਡੇ ਬੱਕਰੇ ਵਜ਼ਨ ਹੀ ਹੋ ਗਏ ਨੇ ਹੋਰ ਭਾਰੇ ਹੋ ਗਏ ਨੇ ਇਹ ਘੱਟ ਗਏ ਨੇ ਬੱਕਰੇ ਜਦੋਂ ਬਾਰਿਸ਼ ਆ ਗਈ ਜਦੋਂ ਹੋਰ ਘੱਟ ਗਏ ਨੇ ਬੱਕਰੇ ਬਾਕੀ ਰੇਟ ਨਹੀਂ ਘਟਿਆ ਇਹਨਾਂ ਦਾ ਜ਼ਾਹਰ ਖਾਨ ਸਾਹਿਬ ਦੇ ਬੱਕਰੇ ਨੇ ਜਦੋਂ ਬਾਰਿਸ਼ ਆਈ ਇਹਨਾਂ ਦੇ ਬੁਕਲਾਂ ਮਾਰਨੀਆਂ ਹੋਣੀਆਂ ਮਾਰੇ ਨਾਰੇ ਲਾ ਕੇ ਜਾਣਗੇ ਨੇ ਅੱਲਾ ਚਲੋ ਭਾਜੀ ਨੂੰ ਦੱਸੋ ਕਿੰਨੇ ਦਾ ਵੇਚਣਾ 95 ਮੰਗੇ ਨੇ ਐਸਾ 95 ਦੋ ਦਾਂਤ ਕੇ ਬੱਕਰੇ ਭਾਜੀ ਤੁਸੀਂ ਕਿੰਨੇ ਲਾਏ ਆ ਮੈਂ ਲਾਏ ਨਹੀਂ ਮੈਂ ਕਿਹਾ ਦੰਦ ਕੱਢ ਲੈ ਜੇ ਉੱਥੇ ਬੈਠੇ ਦੰਦ ਭਾਜੀ ਉਹ ਕਿਹੜਾ ਤੁਹਾਡੇ ਤੇ ਮੁੱਕੇ ਕੇ ਲਾ ਲਿਓ ਅਸਾਂ ਤੇ ਬੱਚਿਆਂ ਦਾ ਰਿਜ਼ਕ ਫੜ ਕੇ ਖਲੋਤੇ
ਉਹ ਦਿਓ ਰੱਸੀ ਯਾਰ, ਕੋਈ ਐਸੀ ਗੱਲ ਨਹੀਂ, ਦੋਵਾਂ ਦਾ ਪੈਂਠ ਯਾਰ, ਪੈਂਠ ਨਹੀਂ ਲਾਇਆ ਸਾਹਿਬ, ਖਰੀਦ ਹੀ ਨਹੀਂ ਲਾਇਆ। ਮੁਲਤਾਨੋਂ ਆਇਆ ਨਾ, ਸੋਹਣ ਹਲਵਾ ਬਣਾਉਂਦੇ ਉੱਥੇ। ਤੁਸੀਂ ਆਖਰੀ ਕਿੰਨੇ ਲੈਣੇ ਨੇ? ਆਖਰੀ 90 ਦੇ ਮੁੱਕਣਗੇ। ਉਹ 90 ਵਨ ਵੀਲਿੰਗ ਕਰਦੇ ਆ, 90 ਕਾਹਦਾ ਦੇ ਦਈਏ ਤੈਨੂੰ ਯਾਰ, ਤੂੰ ਘੱਟ ਕਰ। ਹੈਗੇ ਨੇ ਕਸੀ, ਹੈਗੇ ਨੇ ਦੋਂਦੇ, ਹੈਗੇ ਨੇ ਇਹਨਾਂ ਕੋਲ ਬੋ ਹੈਗਾ ਨਾ, ਆਂਡਲ ਬੱਕਰਾ ਹੈਗਾ, ਅੱਜ ਕੱਲ੍ਹ ਉਹ ਜਾਂਦੇ ਨੇ। 70 ਵੀ ਨਹੀਂ, ਉਹ 10 ਦੁਨੀਆ 70 ਆਖਰਤ ਲੈ ਲਾ। ਬਸ 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 ਕਰੋ, ਉਹ ਅੱਲਾ ਦੀ ਰਾਹ 'ਤੇ ਜਾਣੇ, ਅੱਲਾ ਦੀ ਰਾਹ 'ਤੇ ਜਾਣੇ ਨੇ, ਜਿਹਨੇ ਨਸੀਬਾਂ 'ਚ ਲਿਖਿਆ ਉਹ ਲੈ ਕੇ ਜਾਣਾ ਇਹਨਾਂ। ਚਲੋ ਥੈਂਕ ਯੂ, ਥੈਂਕ ਯੂ, ਅੱਲਾ ਕਰੇ ਵਿਕ ਜਾਣ ਤੁਹਾਡੇ ਬੱਕਰੇ ਜੀ। ਭਾਜੀ ਤੁਸੀਂ ਮਤਲਬ ਕਿੰਨੇ ਕੁ ਦਾ ਬੱਕਰਾ ਲੈਣਾ ਚਾਹੁੰਦੇ? ਅਸੀਂ 75,000 ਰੁਪਇਆ ਦੋਵੇਂ ਦਾ ਕਿਹਾ। ਤੁਸੀਂ 75 ਲਾਇਆ ਜੋੜੀ ਦਾ? ਤੁਸੀਂ ਵੀ ਕੋਈ ਲੈਣ ਲੈਣ ਵਾਲੀ ਗੱਲ ਕਰੋ। ਉਹ ਦੇਣ ਵਾਲੀ ਗੱਲ ਨਹੀਂ ਕਰਦੇ, ਤੇ ਲੈਣ ਵਾਲੀ ਕਿਵੇਂ ਗੱਲ ਕਰੀਏ? ਕਿੰਨੀ ਦੇਰ ਤੋਂ ਤੁਸੀਂ ਮੰਡੀ 'ਚ ਫਿਰ ਰਹੇ ਹੋ? ਘੰਟਾ ਹੋ ਗਿਆ। 1 ਘੰਟਾ ਹੋ ਗਿਆ, ਬਸ 1 ਘੰਟਾ ਹੋਰ ਕਰੋਗੇ ਤੁਸੀਂ, ਮਤਲਬ ਮਿਹਨਤ ਹੋਏਗੀ ਤੇ ਮਿਲ ਹੀ ਜਾਣਾ ਕੋਈ ਨਾ ਕੋਈ। ਇਨਸ਼ਾਅੱਲਾ ਜਿਹੜਾ ਅੱਲਾ ਦੀ ਰਾਹ 'ਚ ਦੇਣਾ ਮਿਲ ਹੀ ਜਾਏਗਾ, ਜੋ ਨਸੀਬਾਂ 'ਚੋਂ ਮਿਲੇਗਾ। ਅੰਕਲ ਜੀ ਤੁਸੀਂ ਤਾਂ ਬੜੇ ਸੀਨੀਅਰ ਹੋ, ਪਤਾ ਨਹੀਂ ਸਨ 47 ਤੋਂ ਬੱਕਰੇ ਖਰੀਦ ਰਹੇ ਹੋ? ਬਿਲਕੁਲ ਸਨ 47 ਤੋਂ ਖਰੀਦ ਰਹੇ, ਲੇਕਿਨ ਮੰਡੀ ਬਹੁਤ ਜ਼ਿਆਦਾ ਤੇਜ਼ ਹੋਈ ਹੋਈ ਹੈ, ਮੰਡੀ ਚਿੱਕੜ ਦੀ ਵਜ੍ਹਾ ਤੋਂ ਤੇਜ਼ ਹੋਈ। ਜਿਹੜੇ ਹੈਗੇ ਨਾ ਗਾਹਕ ਬਹੁਤ ਜ਼ਿਆਦਾ, ਇੰਨੇ ਜ਼ਿਆਦਾ ਗਾਹਕ ਨਹੀਂ ਹੈਗੇ, ਜਾਨਵਰ ਬਹੁਤ ਜ਼ਿਆਦਾ ਹੈਗਾ, ਇਹਨਾਂ ਨੂੰ ਵੀ ਕੱਲ੍ਹ ਇਹਨਾਂ ਨੂੰ ਰੇਟ ਟੁੱਟਣਾ ਇਨਸ਼ਾਅੱਲਾ, ਇਹਨਾਂ ਨੇ ਕੱਲ੍ਹ ਵੇਚ ਵੂਚ ਕੇ ਇਹਨਾਂ ਨੇ ਘਰ ਜਾਈਏ ਕਿਸੇ ਤਰੀਕੇ ਨਾਲ।